हाल चाल है। मैं तुहाडा अपना जीत मॉडिफाइड क्लब तो यार अज एक वीडियो लैके आया दोबारा तुहाडे लई बहुत वधिया वीडियो आ। तो वीडियो एंड तक जरूर देखना, तो चैनल नूं करो सबसक्राइब। तो गड्डी का अगर पंजाबी वर्जन या गड्डी की पिक्स देखनी हो साडे इंस्टाग्राम चैनल पर जाके देख सकते हैं, मॉडिफाइड अड्डा स्कूल क्लब 2020 के। तो भरा मेरे नाल है जी गड्डी आ। वीर अपना नाम? वीरे मेरा नाम है सुखम। सुखम वीर का नाम सुखम है। तो वीर आप कि जगह बिलोंग करते हैं? वीर कपूरथले तो बिलोंग। कपूरथले तो भरा जी गड्डी ना बहुत सोहनी, बहुत एक अच्छे जिन्होंने कहें ना मोड्स किए हुए भाई ने। भाई गड्डी का मॉडल कहड़ा? वीर 2019 मॉडल। तो गाइज यार आप 2019 मॉडल फीचर कर लगे हैं, तुम्हें सारा कुछ ए टू जेड डिटेल से दसागे। तो भरा मेरे नाल दसूगा सारा कि कितने मतलब कितने किन्ने पैसे खर्च हुए ए टू जेड विद डिटेल। तो फ्रंट साइड तो आप गल चालू करा। पहले गड्डी का कलर बहुत सोहना लगा मैनू, तो तुम सारा कमेंट करके दसो तुम कि लगा। तो भाई ने ना एक चीज़ जी अट्रैक्टिव फ्रंट साइड तो लुक दे रही है ना वो सब तो वधिया दे रही है, एक ग्रिल तो एक डीआर लाइट्स जिन्हों आप डे टाइम रनिंग लाइट्स भी कहने है। तो डीआर एल जिन्हों कहने तो भाजी ए ग्रिल ग्रिल जी आती है नॉर्मल आती है। हाँ जी ग्लॉस्ड हो रखी है। हाँ जी भाजी ये ग्लॉस्ड हुई है भाजी, ये आफ्टर मार्केट ही है। तो सर तकरीबन 1300 से 1400 की मैंने पई थी। तुम ग्रॉस आराम ना मार्केट मिल गई? हाँ जी हाँ जी ईजीली अवेलेबल है सारे। ठीक है जितों मर्जी भाई 1300 तो लैके 1400 के अराउंड। हाँ जी सर इन्नी की कॉस्ट मिली है। तो देख सकते हो गड्डी जी ग्रिल कितनी प्यारी लग रही है, कोई बैचिंग नहीं कोई कुछ नहीं। इतने ज्यादातर रेंज रोवर वाली ग्रिल कहने आप मिलती है नॉर्मल विदाउट नाम की ग्रिल है ना भाई। हाँ जी सर। तो सॉलिड आ? हाँ जी बिल्कुल सर बहुत सॉलिड आ। काफी उदों दी सर जदों नवीं लई सी मैं उदों दी लवाई पई है, कोई प्रॉब्लम कोई इशू नहीं, कोई कलर भी नहीं कोई इहदा फेंट होया जां कुछ नहीं है। ਤੇ ਐਚ ਸੀ ਉਸ ਤੋਂ ਬਾਅਦ ਜਿਹੜੀ ਲਾਈਟ ਤੁਹਾਨੂੰ ਡੇ ਟਾਈਮ ਰਨਿੰਗ ਲਾਈਟ ਦਿਖਦੀ ਪਈ ਹੈ ਫੋਗ ਲੈਂਪ ਦੇ ਉੱਤੇ, ਤੇ ਬਹੁਤ ਸੋਹਣੀ ਜੋ ਕਿ ਲੱਗਦੀ ਪਈ ਹੈ ਤੁਸੀਂ ਵੇਖ ਸਕਦੇ ਹੋ। ਨਾਲ ਭਾਈ ਨੇ ਨਾ ਫੋਗ ਲੈਂਪ ਦੇ ਵਿੱਚ ਐਲਈਡੀ ਫਿਟ ਕਰਾਈ ਹੈ। ਤੇ ਇਹਦਾ ਕਾਸਟ ਪੁੱਛਦਾ ਭਾਈ ਨੂੰ ਕਿੰਨੇ ਰੁਪਏ ਬੈਠੀ ਹੈ? ਤੇ ਭਾਈ ਕੀ ਕਾਸਟ ਬੈਠੀ? ਭਾਜੀ ਇਹ ਡੇ ਟਾਈਮਿੰਗ ਡੀਆਰਐਲ ਜਿਹੜੀ ਹੈ 2000 ਦੇ ਤਕਰੀਬਨ, ਇਹ 2000 ਰੁਪਏ ਦੀ ਪਈ ਸੀਗੀ। ਤੇ ਫੋਗ ਲੈਂਪ ਦੇ ਵਿੱਚ ਐਲਈਡੀ ਭਾਜੀ ਇਹ ਵੀ 1500 ਤੋਂ 2000 ਦੇ ਤਕਰੀਬਨ, ਕੋਈ ਉਦੋਂ ਪਹਿਲਾਂ ਦਾ ਹੀ ਕੰਮ ਹੋਇਆ ਕੋਈ 4000 ਰੁਪਏ ਦਾ ਫੋਗ ਲੈਂਪ ਦਾ ਟੈਸਟ ਕੀਤਾ। ਹਾਂਜੀ ਸਰ। ਤੇ ਫੋਗ ਲੈਂਪ ਪਲੱਸ ਡੀਆਰਐਲ ਆਪਾਂ 4000 ਰੁਪਏ ਭਾਈ ਨੇ ਖਰਚ ਕੀਤੇ ਹੈਗੇ ਆ ਏ ਟੂ ਜ਼ੈਡ ਤੁਹਾਨੂੰ ਵਿਦ ਪ੍ਰਾਈਸਿੰਗ ਦੇ ਨਾਲ ਦੱਸ ਰਿਹਾ। ਤੇ ਮੈਨੂੰ ਨਾ ਇੱਕ ਚੀਜ਼ ਹੋਰ ਬਹੁਤ ਸੋਹਣੀ ਲੱਗੀ ਗੱਡੀ ਦੇ ਵਿੱਚ ਕਿ ਭਾਈ ਨੇ ਨਾ ਜਿਹੜਾ ਆਪਣਾ ਸਪੋਰਟ ਕਰਦੇ ਪਏ ਕਿਸਾਨਾਂ ਲਈ, ਤੇ ਉਹਦੇ ਲਈ ਭਾਈ ਨੇ ਨਾ ਸਪੈਸ਼ਲ ਥੱਲੇ ਐਂਗਲ ਵੈਲਡ ਕਰਾ ਕੇ ਬਾਰ ਨੂੰ ਲਾਇਆ ਹੈਗਾ ਕਿ ਤੁਸੀਂ ਜਿਹੜਾ ਮਰਜ਼ੀ ਝੰਡਾ ਇੱਥੇ ਆਰਾਮ ਨਾਲ ਲਗਾ ਸਕਦੇ ਹੋ। ਇਹ ਚੀਜ਼ ਬਹੁਤ ਅੱਛੀ ਲੱਗੀ ਗਾਈਸ। ਤੇ ਉਸ ਤੋਂ ਬਾਅਦ ਭਾਈ ਹੈਡਲੈਂਪ ਦੇ ਵਿੱਚ ਆਪਾਂ ਕੀ ਅਪਡੇਟ ਕੀਤਾ? ਹੈਡਲੈਂਪ ਤਾਂ ਸਾਰੇ ਸਟਾਕ ਵਾਲੀਆਂ ਹੀ ਆ, ਇਹ 'ਚ ਕੋਈ ਅਪਡੇਟ ਨਹੀਂ, ਅਜੇ ਕਰਨੀ ਆ ਗਾਂ ਅਜੇ ਹਾਲੇ ਕੋਈ ਨਹੀਂ, ਹਾਲੇ ਸਟਾਕ ਵਾਲੀਆਂ ਹੀ ਆ। ਤੇ ਭਾਈ ਨੇ ਚਲੇ ਸਟਾਕ ਹੀ ਰੱਖੇ, ਹਾਲੇ ਅਪਡੇਟ ਅੱਗੇ ਹੋਣੀ ਹੈ। ਤੇ ਹੁਣ ਆਉਂਦੇ ਆਪਾਂ ਗੱਡੀ ਦੀ ਇੱਕ ਸਾਈਡ ਵਿਊ ਵੱਲ। ਤੇ ਸਾਈਡ ਵਿਊ ਵੱਲ ਸਭ ਤੋਂ ਪਹਿਲਾਂ ਜੋ ਕਿ ਮੈਨੂੰ ਅਟਰੈਕਟਿਵ ਔਰ ਤੁਹਾਨੂੰ ਸਾਰਿਆਂ ਨੂੰ ਵੀ ਅਟਰੈਕਟਿਵ ਜੋ ਲਾਈਟ ਦਿਖ ਰਿਹਾ ਅਲਾਈ ਵੀਲ, ਜੋ ਕਿ ਯਾਰ ਜ਼ਿਆਦਾਤਰ ਲੋਕ ਪਾਉਂਦੇ ਨੇ 17 ਇੰਚਿਸ ਬਰੀਜ਼ਾ ਦੇ ਵਿੱਚ, ਭਾਈ ਨੇ ਪਵਾਇਆ 18, ਉਹ ਵੀ ਜੀ ਮੈਕਸ ਦਾ ਅਲਾਈ ਵੀਲ ਆ, ਤੁਸੀਂ ਵੇਖ ਸਕਦੇ ਹੋ ਜਿਹਨੂੰ ਆਪਾਂ ਸਟਾਰ ਅਲਾਈ ਵੀਲ ਕਹਿੰਦੇ ਹੈਗੇ ਆ। ਤੇ ਸਿਲਵਰ ਕਲਰ 'ਚ ਫਿਨਿਸ਼ਿੰਗ ਹੈਗੀ ਆ, ਤੇ ਮੈਨੂੰ ਬਹੁਤ ਸੋਹਣੀ ਲੱਗਦੀ ਪਈ ਹੈ ਯਾਰ। ਤੁਸੀਂ ਸਾਰਿਆਂ ਦੱਸਣਾ ਤੁਹਾਨੂੰ ਕਿੱਦਾਂ ਲੱਗ ਰਹੀ ਹੈ। ਤੇ ਯਾਰ ਲੁੱਕ ਬਹੁਤ ਪਿਆਰੀ ਹੈ, ਵਿੱਚ ਟਾਇਰ ਲਾਈਟਸ ਵੀ ਲੱਗੀਆਂ ਹੋਈਆਂ ਅੰਦਰ। ਤੇ ਭਾਈ ਨੂੰ ਪੁੱਛਦੇ ਆਏ ਆ ਭਾਈ ਕੀ ਕਾਸਟ ਬੈਠੀ ਸੀ ਵੈਸੇ ਅਲਾਈ ਵੀਲ ਦੀ? ਅਲਾਈ ਵੀਲ ਦੀ ਸਰ ਜਦੋਂ ਮੈਂ ਨਵੀਂ ਲਈ ਸੀ ਨਾ ਉਦੋਂ ਅਗਲੇ ਦਿਨ ਨੈਕਸਟ ਡੇ ਚੇਂਜ ਕਰਾ ਲਏ ਸੀ ਅੰਮ੍ਰਿਤਸਰੋਂ, ਬਾਕੀ ਮੇਰਾ ਪੇਂਟ ਉਧਰ ਹੈ ਤਾਂ ਕਰਕੇ ਇਹ ਵੀ ਇਹ ਮੈਨੂੰ ਅਲਾਈ ਵੀਲ ਪਈ ਉਹਦਾ 45000 ਰੁਪਏ ਮੈਂ ਦਿੱਤਾ ਸੀ ਨਾਲ ਨਾਲ ਆਪਣੇ ਟਾਇਰਾਂ ਦੇ। ਹਾਂ ਤੇ 20000 ਦੇ ਟਾਇਰ ਕੱਟੇ ਸੀ ਉਹਨਾਂ। ਠੀਕ ਹੈ 20000 ਰੁਪਏ ਭਾਈ ਦੇ ਕੰਪਨੀ ਵਾਲੇ ਸਟਾਕ ਟਾਇਰ ਕੱਟੇ ਗਏ ਸੀ, ਸਟਾਕ ਟਾਇਰ ਕੱਟੇ ਗਏ ਸੀ ਤੇ 45000 ਰੁਪਏ ਭਾਈ ਨੇ ਨਾਲ ਦਿੱਤਾ ਸੀਗਾ। ਜੀ ਮੈਕਸ ਦਾ ਅਲਾਈ ਵੀਲ ਹੈ, ਬਾਕੀ ਟਾਇਰ ਸਾਈਜ਼ ਹੈਗਾ 235/50R18 ਇਹ ਲਿਖਿਆ ਤੁਸੀਂ ਸਾਰੇ ਜਣੇ ਇੱਥੋਂ ਦੇਖ ਸਕਦੇ ਹੋ ਜੋ ਲਿਖਿਆ ਆਪਾਂ ਉਹੀ ਤੁਹਾਨੂੰ ਦੱਸੀਦਾ ਹੈਗਾ, ਇਹ ਨਹੀਂ ਕਿ ਆਪਣੇ ਵੱਲੋਂ ਕੁਝ ਤੁਹਾਨੂੰ ਦੱਸੀਏ। ਤੇ ਬਹੁਤ ਸੋਹਣਾ ਡਿਜ਼ਾਈਨ ਲੱਗਾ ਮੈਨੂੰ, ਅੰਦਰ ਟਾਇਰ ਲਾਈਟ ਵੀ ਹੈ, ਬਾਕੀ ਗੱਡੀ ਦਾ ਰਨਿੰਗ ਸ਼ਾਟ ਵੀ ਤੁਹਾਨੂੰ ਦੇਖਣ ਨੂੰ ਮਿਲ ਗਿਆ ਹੋਏਗਾ। ਤੇ ਲਾਈਕ ਹੁਣ ਤੱਕ ਵੀਡੀਓ ਨੂੰ ਜ਼ਰੂਰ ਕਰਨਾ, ਸ਼ੇਅਰ ਵੱਧ ਤੋਂ ਵੱਧ ਕਰਨੀ ਹੈ। ਉਸ ਤੋਂ ਬਾਅਦ ਆਪਾਂ ਨਾ ਗੱਡੀ ਦੀ ਬੈਕ ਸਾਈਡ ਵਾਲੇ ਪਾਸੇ ਚੱਲਦੇ ਹਾਂ। ਤੇ ਉਸ 'ਚ ਭਾਈ ਨੇ ਬਹੁਤ ਸੋਹਣੀ ਨਾ ਇੱਕ ਅਪਡੇਸ਼ਨ ਦਿੱਤੀ ਗਈ ਹੈ, ਭਾਈ ਨੇ ਲਾਈਟਾਂ ਆਫਟਰ ਮਾਰਕੀਟ ਲਾਈਟਸ ਪਾਈਆਂ ਜਿਹੜੀ ਅੱਜ ਕੱਲ੍ਹ ਸਭ ਤੋਂ ਜ਼ਿਆਦਾ ਮਾਰਕੀਟ ਟ੍ਰੈਂਡ ਹੀ ਚੱਲ ਰਹੀ ਹੈ, ਤੁਸੀਂ ਵੇਖ ਸਕਦੇ ਹੋ। ਤੇ ਭਾਈ ਨੂੰ ਮੈਂ ਕਹਾਂਗਾ ਭਾਈ ਇੱਕ ਵਾਰ ਇਹਨੂੰ ਨਾ ਆਨ ਆਫ ਕਰਕੇ ਦਿਖਾਈਏ ਚੱਲਦੀ ਕਿਵੇਂ ਆ, ਤੇ ਤੁਸੀਂ ਉਹ ਚੀਜ਼ ਤੁਸੀਂ ਟ੍ਰੇਲਰ 'ਚ ਕੁਝ ਹਿੰਟ ਦੇਖ ਚੁੱਕੇ ਹੈਗੇ ਹੋ। ਤੇ ਇੱਕ ਵਾਰ ਆਨ ਆਫ ਕਰਕੇ ਦਿਖਾਉਂਦੇ ਹਾਂ, ਇਹ ਵੇਖ ਸਕਦੇ ਹੋ ਕਿੱਦਾਂ ਰਨਿੰਗ ਹੋ ਰਹੀ ਹੈ, ਵਾਰੀ ਵਾਰੀ ਕਰਕੇ ਜਾ ਕੇ ਜੁੜਦੀ ਹੈ ਵੇਖੋ, ਤੇ ਬਹੁਤ ਸੋਹਣੀ ਲੱਗੀ ਭਾਈ। ਬ੍ਰੇਕ ਮਾਰੋਗੇ ਜਰਾ? ਬ੍ਰੇਕ 'ਤੇ ਵੇਖ ਸਕਦੇ ਹੋ ਫੁੱਲ ਬ੍ਰਾਈਟ ਹੋ ਜਾਂਦੀ ਹੈ, ਅਤੇ ਇਹਦੇ ਵਿੱਚ ਵੀ ਲਾਈਟਾਂ ਜਲ ਪੈਂਦੀਆਂ ਭਾਈ। ਚਾਰੋਂ ਇੰਡੀਕੇਟਰ ਜ਼ਿਆਦਾ ਛੱਡੀ ਆਪਾਂ, ਅਤੇ ਮੈਟ੍ਰਿਕਸ ਰਨਿੰਗ ਇੰਡੀਕੇਟਰ ਹੈਗੇ ਜੋ ਕਿ ਰਨਿੰਗ 'ਚ ਕਰਦੇ ਪਏ ਨੇ।
ਲਾਈਟ ਤੁਹਾਨੂੰ ਕਿੱਦਾਂ ਦੀ ਲੱਗੀ ਪਲੀਜ਼ ਦੱਸਿਓ। ਅਤੇ ਰਾਤ ਦਾ ਜਦੋਂ ਵਿਊ ਹੈਗਾ ਨਾ ਜ਼ਬਰਦਸਤ ਹੈਗਾ, ਕੋਸ਼ਿਸ਼ ਕਰਾਂਗੇ ਭਾਈ ਤੇ ਸਾਨੂੰ ਅਗਰ ਮਿਲਿਆ ਵਿਊ ਤਾਂ ਆਪਾਂ ਜ਼ਰੂਰ ਤੁਹਾਡੇ ਲਈ ਇੰਸਟਾਗ੍ਰਾਮ 'ਤੇ ਛੱਡਾਂਗੇ। ਅਤੇ ਉਸ ਤੋਂ ਬਾਅਦ ਭਾਈ ਨੂੰ ਆਪਾਂ ਪੁੱਛਦੇ ਭਾਜੀ ਇਹਦੀ ਕੋਸਟ ਕੀ ਬੈਠੀ ਆਪਣੇ ਲਾਈਟਾਂ ਦੀ? ਇਹ ਭਾਜੀ ਕੋਸਟ ਆਪਾਂ ਨੂੰ ਇਹਦੀ ਬੈਠੀ ਅਰਾਊਂਡ 12,000 ਦੇ ਲੱਗੇ, 12,000 ਤੋਂ 12,500 ਦੇ ਵਿੱਚ ਮੈਨੂੰ ਲਾਈਟਾਂ ਦੀ। ਹਾਂਜੀ ਭਾਜੀ 12 ਤੋਂ 12,500 ਦੇ ਵਿੱਚ ਭਾਈ ਨੂੰ ਇਹ ਲਾਈਟਾਂ ਦੀ ਕੋਸਟ ਬੈਠੀ। ਅਤੇ ਇੱਕ ਚੀਜ਼ ਨਾ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗੀ, ਕੰਪਨੀ ਵੱਲੋਂ ਇਹ ਕਰੋਮ ਆਉਂਦਾ ਸਾਰਾ। ਹਾਂਜੀ ਸਰ, ਭਾਈ ਨੇ ਇਹਨੂੰ ਗਲੋਸੀ ਦੇ ਵਿੱਚ ਰੱਖਿਆ, ਉਹ ਵੀ ਮੈਨੂੰ ਹਿਸਾਬ ਨਾਲ ਰੈਪ ਕਰਾਇਆ, ਉਹ ਵੀ ਅੱਛੇ ਬ੍ਰਾਂਡ ਦਾ ਕਰਾਇਆ ਕਿ ਜਿਹਦੇ ਨਾਲ ਹਲੇ ਤਾਂ ਕੋਈ ਮਤਲਬ ਖਰਾਬੀ ਨਹੀਂ ਹੈ। ਭਾਈ ਕਿੰਨਾ ਟਾਈਮ ਹੋ ਚੁੱਕਾ ਹੈ ਕੰਮ ਨੂੰ? ਭਾਜੀ ਇਹ ਰੈਪ ਕਰਾਇਆ ਨੂੰ ਭਾਜੀ ਸਾਲ ਦੇ ਅਰਾਊਂਡ ਹੋ ਗਿਆ ਮੈਨੂੰ, ਅਤੇ ਕੋਈ ਦਿੱਕਤ ਨਹੀਂ? ਨਹੀਂ ਸਰ ਕੋਈ, ਪਹਿਲਾਂ ਸਰ ਥੋੜ੍ਹਾ ਹੀ ਮੈਟ 'ਚ ਹੀ, ਫਿਰ ਮੈਂ ਉਹ ਪਟਾ ਕੇ ਅਤੇ ਸਾਰੇ ਗਲੋਸ 'ਚ ਕਰਾਇਆ ਹੁਣ। ਅਤੇ ਭਾਈ ਨੇ ਲੋਗੋ ਵੀ ਤੁਸੀਂ ਵੇਖ ਸਕਦੇ ਹੋ, ਫਰੰਟ ਸਾਈਡ ਦੇ ਲੋਗੋ 'ਤੇ ਹਟ ਗਿਆ ਗ੍ਰਿਲ 'ਤੇ ਸੀਗਾ, ਅਤੇ ਬੈਕ ਸਾਈਡ ਦੇ ਲੋਗੋ ਨੂੰ ਵੀ ਭਾਈ ਨੇ ਬਲੈਕ ਕਲਰ ਦੇ ਨਾਲ ਮਤਲਬ ਲੁਕਾ ਹੀ ਲਿੱਤਾ ਤਰੀਕੇ ਦਾ, ਹੈ ਨਾ? ਅਤੇ ਦੇਖ ਸਕਦੇ ਹੋ ਯਾਰ ਇਹ ਚੀਜ਼ ਬਹੁਤ ਅੱਛੀ ਲੱਗੀ, ਕਟਿੰਗ ਪ੍ਰੋਪਰ ਕਰਵਾ ਕੇ ਭਾਈ ਨੇ ਜੈਨੂਅਨ ਥੱਲੋਂ ਦੀ ਨਾ ਬਰੀਜ਼ਾ ਕਰੋਮ ਦਾ ਬਾਹਰ ਕੱਢ ਲਿਆ ਹੈਗਾ, ਅਤੇ ਅੱਛੀ ਜੀ ਲੱਗੀ। ਬਾਕੀ ਮੈਨੂੰ ਨਾ ਮੈਂ ਸਾਰਿਆਂ ਨੂੰ ਇੱਕੋ ਹੀ ਕਹਿੰਦਾ ਕਿ ਅਗਰ ਨੰਬਰ ਪਲੇਟਸ ਤੁਸੀਂ ਚੇਂਜ ਕੀਤੀਆਂ ਹੈ ਤਾਂ ਆਪਾਂ ਨੂੰ ਸਰਕਾਰ ਨੂੰ ਥੋੜ੍ਹਾ ਜਿਹਾ ਫੋਲੋ ਕਰਨਾ ਚਾਹੀਦਾ ਹੈਗਾ, ਅਤੇ ਉਹਨਾਂ ਦੀ ਗਾਈਡਲਾਈਨ ਦੇ ਥਰੂ ਸਾਨੂੰ ਉਹਨਾਂ ਤੋਂ ਨੰਬਰ ਪਲੇਟਾਂ ਲਗਵਾਉਣੀਆਂ ਚਾਹੀਦੀਆਂ। ਭਰਾ ਨੇ ਬਹੁਤ ਅੱਛੀ ਚੀਜ਼ ਕੀਤੀ, ਗੱਡੀ ਮੋੜ ਕੇ ਕੀਤੀ ਬਹੁਤ ਪਿਆਰੇ ਪਿਆਰੇ, ਅਤੇ ਉਸ ਤੋਂ ਇਲਾਵਾ ਭਾਈ ਨੇ ਗਾਈਡਲਾਈਨ ਨੂੰ ਵੀ ਫੋਲੋ ਕੀਤਾ। ਬਿਲਕੁਲ ਸਰ ਬਿਲਕੁਲ, ਹੈ ਨਾ? ਅਤੇ ਇਹ ਚੀਜ਼ ਅੱਛੀ ਲੱਗੀ। ਅਤੇ ਉਸ ਤੋਂ ਬਾਅਦ ਮੈਨੂੰ ਇੱਕ ਚੀਜ਼ ਹੋਰ ਤੁਹਾਨੂੰ ਦੱਸਦਾ, ਭਾਈ ਨੇ ਨਾ ਥੱਲੇ ਰਿਫੈਕਟਰ ਲਾਈਟਾਂ ਦੇ ਵਿੱਚ ਵੀ ਰਿਫੈਕਟਰ ਲਾਈਟਸ ਪਵਾ ਰੱਖੀਆਂ ਹੋਈਆਂ ਜਿਹੜੇ ਆਪਣੇ ਰਿਫੈਕਟਰ ਆਉਂਦੇ ਨੇ। ਅਤੇ ਭਾਅ ਜੀ ਕੀ ਕੋਸਟ ਬੈਠੇ ਥੱਲੇ ਰਿਫੈਕਟਰ ਲਾਈਟਾਂ? ਸਰ 700-800 ਦੇ ਪਏ ਮੈਨੂੰ, 700 ਜਾਂ 800 ਦੇ, ਇੰਨੇ ਇੱਕ ਦੇ 1000 ਦੇ ਅੰਦਰ ਹੀ ਆ ਸਾਰੇ, 1000 ਦੇ ਅੰਦਰ ਹੀ ਆ ਵੀ ਫਿਟਿੰਗ ਨੂੰ ਪਾਪ। ਹਾਂਜੀ ਫਿਟਿੰਗ ਕਰਕੇ ਸਾਰਾ ਸਰ, ਠੀਕ ਹੈ? ਇਹ ਵੀ ਇੰਡੀਕੇਟਰ ਦੇ ਨਾਲ ਸਰ ਰਨਿੰਗ ਹੁੰਦੇ, ਮੈਟ੍ਰਿਕਸ ਹੈ, ਮੈਟ੍ਰਿਕਸ ਇਹ ਵੀ ਮੈਟ੍ਰਿਕਸ ਹੈਗੇ ਗਾਇਸ। ਤੇ ਇੱਕ ਚੀਜ਼ ਤੁਹਾਨੂੰ ਦਿਖਾਉਣਾ ਥੱਲੇ ਭਾਈ ਨੇ ਨਾ, ਲੁੱਕ ਲੀਜੀਏ ਕਿ ਅੱਜ ਕੱਲ ਹਰ ਗੱਡੀ 'ਚ ਟ੍ਰੈਂਡੀ ਚੱਲ ਰਿਹਾ ਟੋਇੰਗ ਬੈਲਟ, ਬਹੁਤ ਅੱਛੀ ਲੱਗਦੀ ਹੈ। ਸਿਰਫ ਲੁੱਕ ਲਈ ਹੈਗੀ ਆ, ਵਰਤਣ ਲਈ ਨਹੀਂ ਹੈਗੀ। ਬਿਲਕੁਲ ਸਰ ਲੁੱਕ ਲਈ ਹੈ, ਇਹ ਲੁੱਕ ਲਈ ਹੈਗੀ ਹੈ। ਅਤੇ ਤੁਸੀਂ ਕਮੈਂਟ ਕਰਨਾ ਤੁਹਾਨੂੰ ਕਿੱਦਾਂ ਦੀ ਲੱਗ ਰਹੀ ਹੈ ਇਹ ਚੀਜ਼। ਅਤੇ ਆਪਾਂ ਚੱਲਦੇ ਹਾਂ ਹੁਣ ਇੰਟੀਰੀਅਰ ਵੱਲ ਨੂੰ, ਇੰਟੀਰੀਅਰ ਦਿਖਾਉਂਦਾ ਕੀ ਅਪਡੇਟ ਹੈ। ਉਸ ਤੋਂ ਪਹਿਲਾਂ ਡਿੱਗੀ ਖੋਲ੍ਹ ਕੇ ਤੁਹਾਨੂੰ ਬਾਮੀ ਦਿਖਾ ਦਈਏ ਗੱਡੀ ਵਿੱਚ ਕੀ ਫਿੱਟ ਕੀਤਾ ਭਰਾਵੇਂ ਨੇ। ਭਰਾਵੇਂ ਨੂੰ ਸਾਊਂਡ ਦਾ ਵੀ ਬਹੁਤ ਪਿਆਰਾ ਸ਼ੌਂਕ ਹੈ, ਅਤੇ ਭਾਈ ਨੇ ਰੌਕਫੋਰਡ ਦੇ 4 ਓਵਰ ਲਗਾ ਰੱਖੇ ਆ, ਠੀਕ ਹੈ ਜੀ। ਉਸ ਤੋਂ ਬਾਅਦ ਸਪੈਸ਼ਲ ਕਸਟਮਾਈਜ਼ ਫੱਟਾ ਲਗਾ ਕੇ, ਅਤੇ ਉਸ ਤੋਂ ਬਾਅਦ ਭਾਈ ਨੇ ਇੱਕ 1400 ਵਾਟ ਦਾ JBL ਅਤੇ ਇੱਕ ਚੈਂਪੀਅਨ ਸੀਰੀਜ਼ ਡਬਲ ਕੋਇਲ ਬੂਫਰ ਭਾਈ ਨੇ ਅਪਡੇਟ ਕੀਤਾ। ਅਤੇ ਭਾਈ ਹੋਰ ਪੁੱਛਦੇ ਹੈਗੇ ਭਾਈ ਗੱਡੀ ਵਿੱਚ ਡੈਂਪਿੰਗ ਡੁੰਪਿੰਗ ਵੀ ਕਰਾ ਰੱਖੀ ਆਪਾਂ? ਨਹੀਂ ਸਰ, ਡੈਂਪਿੰਗ ਅਜੇ ਕਰਾਉਣੀ, ਅਜੇ ਤਾਂ ਕੰਮ ਪਿਆ, ਇੱਥੇ ਵੀ 2 ਹੋਰ ਲੱਗਣੇ ਆ, ਉਹ ਹੁਣ ਪ੍ਰੋਪਰ ਇਹਦਾ ਬੋਕਸ ਬਣਾ ਕੇ ਉਹ 'ਚ ਫਿਟਿੰਗ ਕਰਨਾ ਆ, ਠੀਕ ਹੈ। ਅਤੇ ਜਾਂ ਬਾਰੀਆਂ ਜੇ DD ਦੇ ਲੱਗੇ ਆ ਸਪੀਕਰ, DD ਦੇ ਸਪੀਕਰ ਲੱਗੇ, ਰੈੱਡ ਲਾਈਨ ਸੀਰੀਜ਼ ਦੇ, ਰੈੱਡ ਲਾਈਨ, ਬਾਕੀ ਰੌਕਫੋਰਡ ਦੇ ਪੰਚ ਸੀਰੀਜ਼ ਲੱਗੇ ਆ। ਭਾਈ ਨੇ ਤਾਂ ਯਾਰ ਗੱਡੀ ਵਿੱਚ ਪਹਿਲਾਂ ਹੀ ਧਮਾਲ ਬਥੇਰਾ ਪਾਇਆ। ਅਤੇ ਭਾਈ ਇਹਨੂੰ ਪੁੱਛਦੇ ਆਪਾਂ ਮੇਨ ਚੀਜ਼, ਸਾਡੇ ਇਹ ਸਾਰੇ ਸੈਟਅਪ ਨੂੰ ਰਨ ਕਰਨ ਲਈ ਆਪਾਂ ਐਮ ਕਿੰਨੇ ਯੂਜ਼ ਕਰਦੇ? ਭਾਜੀ 2 ਐਮ ਪੇ ਆਪਣੇ ਕੋਲ, ਇੱਕ 4 ਚੈਨਲ ਵਾਲੇ ਐਮ ਸਾਊਂਡ ਬੈਰੀਅਰ ਦਾ, ਇੱਕ ਭਾਜੀ ਮੋਨੋ ਐਮ ਲੱਗਾ ਆ, ਉਹ ਰੇਡੀਐਂਟ ਕੰਪਨੀ, ਸ਼ਾਇਦ ਪਤਾ ਨਹੀਂ ਕਿਹੜੀ ਕੰਪਨੀ, ਮੈਨੂੰ ਯਾਦ ਨਹੀਂ ਹੈ। ਉਹ ਪੁਰਾਣਾ ਮੇਰੇ ਕੋਲ ਪਿਆ ਸੀ, ਬੇਸ ਵੀ ਪੁਰਾਣੀ ਪਈ ਸੀ, ਮੇਰੇ ਕੋਲ ਪਹਿਲੀ ਗੱਡੀ ਸੀ ਤੋਂ ਮੈਂ। ਅੱਛਾ, ਇੱਕ ਨਵੀਂ ਲੈ ਲਈ? ਹਾਂਜੀ ਇੱਕ ਨਵੀਂ ਲੈ ਲਈ ਆ, ਬਾਕੀ ਸਾਰਾ ਫਿਰ ਨਵਾਂ ਆਪਾਂ ਸਿਸਟਮ, ਠੀਕ ਹੈ ਭਾਈ ਜੀ ਨੇ ਜੋ ਤੁਹਾਨੂੰ ਰਿਐਲਿਟੀ ਸੀ ਉਹੀ ਦੱਸੀ ਹੈ। ਅਤੇ ਐਂਡ ਤੱਕ ਜ਼ਰੂਰ ਵੇਖਿਓ ਵੀਡੀਓ, ਕਿਉਂਕਿ ਸੌਂਗ ਸੁਣਨ ਨੂੰ ਵੀ ਤੁਹਾਨੂੰ ਮਿਲਣ ਵਾਲਾ। ਬਾਕੀ ਆਪਾਂ ਇੰਟੀਰੀਅਰ ਵੀ ਦਿਖਾਵਾਂਗੇ, ਅਤੇ ਪ੍ਰਾਈਜ਼ਿੰਗ ਸਿਸਟਮ ਦੇ ਐਂਡ 'ਚ ਪੁੱਛਾਂਗੇ ਭਾਈ ਨੂੰ ਸੁਣਨ ਤੋਂ ਬਾਅਦ ਕੀ ਪ੍ਰਾਈਜ਼ਿੰਗ ਪੈਂਦੀ ਹੈ। ਅਤੇ ਆਓ ਆਪਾਂ ਚੱਲਦੇ ਹਾਂ ਇੰਟੀਰੀਅਰ ਵੱਲ, ਚੱਲਦੇ ਹੁਣ ਇੰਟੀਰੀਅਰ ਵੱਲ ਨੂੰ। ਅਤੇ ਇੰਟੀਰੀਅਰ ਵੱਲ ਜਾਂਦਾ ਗੱਡੀ ਤੁਹਾਨੂੰ ਪੂਰੀ ਨੀਟ ਐਂਡ ਕਲੀਨ ਦਿਖਦੀ ਪਈ ਹੈ। ਅਤੇ ਯਾਰ ਇਹ ਜਿਹੜੇ ਸੀਟ ਕਵਰ ਨੇ ਓਰਿਜਨਲ ਕੰਪਨੀ ਵਾਲੇ ਨੇ, ਜਿਹਦੇ ਉੱਤੇ ਬਰੀਜ਼ਾ ਦੀ ਬੈਚਿੰਗ ਨਾਲ ਆਉਂਦੀ ਹੈਗੀ, ਤੁਸੀਂ ਵੇਖ ਸਕਦੇ ਹੋ। ਅਤੇ ਭਾਈ ਯਾਰ ਇਹ ਫਿਟਿੰਗ ਬਹੁਤ ਪਿਆਰੀ ਹੋ ਰੱਖੀ ਆ। ਹਾਂਜੀ ਸਰ, ਇਹ ਬਕਟ ਫਿਟਿੰਗ ਮੈਂ ਆਫਟਰ ਮਾਰਕੀਟ ਕਰਾਈਏ, ਮਤਲਬ ਕੰਪਨੀ ਤੋਂ ਫਿੱਟ ਕਰਵਾ ਕੇ ਬਾਹਰ ਆ ਕੇ ਦੁਬਾਰਾ ਖੁਲਵਾ ਕੇ ਬਕਟ ਫਿਟਿੰਗ ਦੁਬਾਰਾ ਕਰਾਈਏ ਮੈਂ, ਠੀਕ ਹੈ? ਹਾਂਜੀ ਸਰ, ਦੇਖ ਸਕਦੇ ਹੋ ਤੁਸੀਂ ਕਿੰਨੀ ਪਿਆਰੀ ਮੋਏ ਦਾ ਫਿਟਿੰਗ ਹੋ ਰੱਖੀ ਹੈ। ਥੋੜ੍ਹਾ ਜਿਹਾ ਮੈਂ ਕੈਮਰਾ ਬੈਕ ਸਾਈਡ ਕਰਕੇ ਤੁਹਾਨੂੰ ਦਿਖਾਉਣਾ, ਅਤੇ ਤੁਸੀਂ ਵੇਖ ਸਕਦੇ ਹੈਗੇ ਹੋ ਬਹੁਤ ਸੋਹਣੀ ਫਿਟਿੰਗ ਹੈ, ਮਜ਼ਾ ਆ ਗਿਆ ਇਹ ਚੀਜ਼ ਵੇਖ ਕੇ। ਉਸ ਤੋਂ ਬਾਅਦ ਆਪਾਂ ਗੱਡੀ ਦੇ ਅੰਦਰ ਐਂਟਰ ਹੁੰਦੇ ਹਾਂ, ਤਾਂ ਥੱਲੇ ਭਾਈ ਨੇ ਕੰਪਨੀ ਦੇ ਹੀ ਸਟਾਕ ਜਿਹੜੇ ਆਉਂਦੇ ਨੇ ਮੈਟਸ ਉਹੀ ਰੱਖੇ ਨੇ, ਬਸ ਥੱਲੇ ਭਾਈ ਨੇ ਮੈਟਿੰਗ ਕਰਾ ਰੱਖੀ ਹੈ, ਹੈ ਨਾ ਵੀਰ? ਹਾਂਜੀ ਬਿਲਕੁਲ ਸਰ, ਅਤੇ ਮੈਟਿੰਗ ਭਰਾਣੇ ਕਰਾ ਰੱਖੀ ਹੈ, ਮੈਨੂੰ ਬਹੁਤ ਅੱਛੀ ਲੱਗੀ। ਅਤੇ ਉਸ ਤੋਂ ਬਾਅਦ ਆਪਾਂ ਚੱਲਦੇ ਹੈਗੇ ਹਾਂ ਸਕਰੀਨ ਵੱਲ, ਅਤੇ ਸਕਰੀਨ 'ਚ ਜਿਹੜੀ ਇਹ ਚੀਜ਼ ਹੁੰਦੀ ਹੈ ਭਾਅ ਜੀ, ਇਸ ਕਲਰ ਦੀ ਆਉਂਦੀ ਹੈ। ਹਾਂਜੀ ਸਰ, ਇਹ ਸਰ ਰੈਪ ਕਰਾਈ ਹੈ ਮੈਂ ਗਲੋਸੀ 'ਚ ਸਰ, ਉੱਦਾਂ ਇਹ ਆਹ ਕਲਰ ਦੀ ਆਉਂਦੀ ਹੈ, ਬਿਲਕੁਲ ਸਹੀ ਹੈ ਤੁਸੀਂ, ਸਿਲਵਰ ਕਲਰ ਦੀ ਆਉਂਦੀ ਹੈ, ਰੈਪ ਕਰਾਈ ਹੈ। ਤੇ ਭਾਈ ਨੇ ਐਂਡਰੋਇਡ ਪਲੇ ਲਗਵਾ ਰੱਖਿਆ, ਤੇ ਐਂਡਰੋਇਡ ਪਲੇ ਜਿਹੜਾ ਲੱਗਾ ਉਹ ਕਿੰਨੇ GB ਵਾਲਾ ਲੱਗਾ ਸਾਨੂੰ? ਸਰ ਉਹ ਮੈਨੂੰ ਨੌਲੇਜ ਨਹੀਂ ਹੈ ਸਰ, ਮੈਂ ਦੇਖਿਆ ਨਹੀਂ ਕਦੀ। ਤੇ ਆਪਾਂ ਵੇਖਦੇ ਆ ਭਾਈ ਦਾ ਕਿੰਨੇ GB ਵਾਲਾ ਹੈਗਾ। ਸਟੋਰੇਜ ਜਿਸ ਹਿਸਾਬ ਨਾਲ ਦਿਖਦੀ ਪਈ ਹੈ 16 GB ਵਾਲਾ ਹੈਗਾ ਜੇ, 216
ਪਹਿਲਾਂ ਤੁਸੀਂ ਐਨਸੀਐਸ ਆਫ 뮤직 ਇੰਜੋਏ ਕਰ ਚੁੱਕੇ ਹੈਗੇ ਹੋ ਤੇ ਬਾਕੀ ਪੰਜਾਬੀ ਵਰਜ਼ਨ ਹੀ ਤੁਹਾਨੂੰ ਵਾਪੀ ਰਿਪੀਟ ਕਰ ਰਹੇ ਹਾਂ ਮੋਡੀਫਾਈਡ ਅੰਡਰਸਕੋਰ ਕਲੱਬ 2020 ਸਾਡੀ ਇੰਸਟਾਗ੍ਰam ਆਈਡੀ ਹੈ ਉਹਨੂੰ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਉੱਥੇ ਜਾ ਕੇ ਤੁਹਾਨੂੰ ਪੰਜਾਬੀ ਗਾਣਾ ਸੁਣਨ ਨੂੰ ਮਿਲ ਜਾਏਗਾ ਤੇ ਬਾਕੀ ਗੱਡੀ ਦੀ ਪਿਕਸ ਵੇਖਣ ਲਈ ਉੱਥੇ ਜਾ ਕੇ ਸਾਨੂੰ ਵੇਖ ਵੀ ਸਕਦੇ ਹੋ ਸਾਡੇ ਨਾਲ ਡੀਐਮ ਕਰ ਸਕਦੇ ਹੋ ਸਾਡੇ ਨਾਲ ਗੱਲ ਕਰ ਸਕਦੇ ਹੋ ਕਿਸੇ ਨਾਲ ਗੱਡੀ ਆਪਣੀ ਕੋਈ ਫੀਚਰ ਮਾਈ ਕਾਰ ਕਰਾਣੀ ਹੋਵੇ ਸਾਡੇ ਨਾਲ ਉੱਥੇ ਕੰਟੈਕਟ ਕਰ ਸਕਦੇ ਹੈਗੇ ਤੁਸੀਂ ਤੇ ਬਾਕੀ ਭਰਾ ਦੀ ਗੱਡੀ ਕਿੱਦਾਂ ਲੱਗੀ ਤੇ ਇੱਕ ਚੀਜ਼ ਜਿਹੜੀ ਰਹਿ ਗਈ ਸੀ ਕਿ ਤੁਹਾਨੂੰ ਸਿਸਟਮ ਉੱਤੇ ਕੋਸਟ ਭਾਈ ਸਿਸਟਮ ਉੱਤੇ ਟੋਟਲ ਕੋਸਟ ਦੀ ਗੱਲ ਕਰੀਏ ਕਿੰਨੀ ਲੱਗੀ ਟੋਟਲ ਅਰਾਊਂਡ ਕੋਸਟ ਭਾਈ ਇਹਦੀ 40,000 ਦੇ ਅਰਾਊਂਡ ਲੱਗੀ ਹੋਣੀ ਹੈ 40,000 ਦੇ ਅਰਾਊਂਡ ਜਿਹੜੇ ਸਾਰੇ ਡੀਡੀ ਦੇ ਹਾਂ ਡੀਡੀ ਦੇ ਸਾਰੇ ਨਾਰਮਲ ਸਪੀਕਰ ਰੈੱਡ ਲਾਈਨ ਸੀਰੀਜ਼ ਲਾ ਕੇ ਆ ਲਗਾ ਕੇ ਬੇਸ ਲਗਾ ਕੇ ਐਂਪ ਵਗੈਰਾ ਸਾਰੇ 40,000 40,000 ਰੁਪੀਸ ਦੇ ਵਿੱਚ ਇਹ ਸਾਰਾ ਕੰਮ ਹੋਇਆ ਸਾਊਂਡ ਦਾ ਤੇ ਬਾਕੀ ਤੁਹਾਡੇ ਉੱਤੇ ਤੁਹਾਨੂੰ ਗੱਡੀ ਦਾ ਸਾਊਂਡ ਕਿੱਦਾਂ ਲੱਗਾ ਪੰਜਾਬੀ ਵਰਜ਼ਨ ਤੁਸੀਂ ਉੱਥੇ ਜਾ ਕੇ ਸੁਣ ਕੇ ਉੱਥੇ ਵੀ ਕਮੈਂਟ ਕਰ ਸਾਨੂੰ ਕਰ ਸਕਦੇ ਹੈਗੇ ਹੋ ਬਾਕੀ ਇਹੋ ਜਿਹੀਆਂ ਹੋਰ ਮਜ਼ੇਦਾਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਕਰੋ ਸਬਸਕ੍ਰਾਈਬ ਬਾਕੀ ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਥੈਂਕ ਯੂ ਫੋਰ ਵਾਚਿੰਗ